ਪ੍ਰੀਆ ਗਾਲ ਦੋਸਤੋ ਪੰਜਾਬ న్యూਸ ਟੀਵੀ ਦੇਖ ਰਹੇ ਸਾਰੇ ਹੀ ਸਰੋਧਿਆਂ ਨੂੰ ਜੀ ਆਇਆਂ ਨੂੰ ਪਟਾਕਿਆ ਕਾਰਨ ਘਰ ਚ ਲੱਗੀ ਭਿਆਨਕ ਅੱਗ ਲੱਖਾਂ ਦਾ ਹੋਇਆ ਨੁਕਸਾਨ ਮੱਚੇ ਪਾਂਬੜ ਤਾਜ਼ਾ ਵੱਡੀ ਖਬਰ ਆ ਚੁੱਕੀ ਹੈ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਨ ਤੇ ਵੀਡੀਓ ਨੂੰ ਹੱਦ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਹਾਂਜੀ ਇਸ ਦਿਵਲ ਦੀ ਵੱਡੀ ਖਬਰ ਸਾਡੇ ਸਾਹਮਣੇ ਆ ਰਹੀ ਹੈ ਪਟਾਕਿਆਂ ਦੇ ਕਾਰਨ ਅਗ ਲੱਗੀ ਹੈ ਜਗ੍ਹਾ ਜਦ ਦੀਵਾਲੀ ਵਾਲੀ ਰਾਤ ਲੋਕਾਂ ਵੱਲੋਂ ਪਟਾਕੇ ਚਲਾਏ ਜਾ ਰਹੇ ਸਨ ਉਹ ਤੇ ਇਹਨਾਂ ਪਟਾਕਿਆਂ ਦੇ ਜਲਦਿਆਂ ਹੋਇਆ ਇੱਕ ਕਾਰ ਦੇ ਵਿੱਚ ਭੈਣ ਕਾਗ ਲੱਗ ਕੇ ਦੱਸਿਆ ਗਿਆ ਹੈ ਕਿ ਆਗ ਉਸ ਸਮੇਂ ਕਾਰ ਚ ਲੱਗੀ ਜਦੋਂ ਲੱਖਾਂ ਦੇ ਪੁਰਾਣੇ ਕੱਪੜੇ ਪਏ ਹੋਏ ਸਨ ਅਤੇ ਕੱਪੜਿਆਂ ਦੇ ਕਾਰਨ ਇਹ ਅੱਗ ਵਦੇਰੇ ਫੈਲ ਗਿਤ ਇਲਾਕੇ ਦੇ ਲੋਕਾਂ ਵੱਲੋਂ ਸਮੇਂ ਤੇ ਹੀ ਪੁਲਿਸ ਤੇ ਫਾਇਰ ਬ੍ਰਿਗੇਡ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਜਿੰਨਾਂ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੇ ਇਸ ਅੱਗ ਉੱਪਰ ਕਾਬੂ ਪਾਇਆ ਗਿਆ ਦੱਸਿਆ ਗਿਆ ਹੈ ਕਿ ਅੱਗ ਲੱਗਣ ਦੇ ਕਾਰਨ ਲੱਖਾਂ ਦਾ ਨੁਕਸਾਨ ਹੋਇਆ ਹੈ ਉੱਥੇ ਭਿਆਨਕ ਆਸਾ ਵਾਪਰਨ ਤੋਂ ਬਚ ਗਿਆ ਹੈ ਇਸ ਤੱਕ ਬਿਲ ਪੇੜ ਚੋਣ ਗਏ ਤੇ ਬਹੁਤ ਸਾਰੇ ਪੁਰਾਣੇ ਕੱਪੜੇ ਸੜ ਕੇ ਸੁਆਹ ਹੋ ਗਏ ਉੱਥੇ ਘਰ ਦੇ ਵਿੱਚ ਖੱਦਰ ਭੰਡਾਰ ਦਾ ਕੰਮ ਕੀਤਾ ਜਾ ਰਿਹਾ ਸੀ ਜਿੰਨਾਂ ਵੱਲੋਂ ਪੁਰਾਣੇ ਕੱਪੜੇ ਲੋਕਾਂ ਤੋਂ ਖਰੀਦੇ ਜਾਂਦੇ ਤੇ ਉਸ ਦੇ ਬਦਲੇ ਨਵੇਂ ਕੱਪੜੇ ਦਿੱਤੇ ਜਾਂਦੇ ਨੇ ਖੱਦਰ ਬਣਾਉਣ ਦੇ ਮਾਲ ਗਲਵਦੇਰੇ ਕਰਕੇ ਇਹ ਪੁਰਾਣੇ ਕੱਪੜੇ ਸਾਰੇ ਹੀ ਆਪਣੇ ਘਰ 'ਚ ਰੱਖੇ ਜਾਂਦੇ ਸਾਂਭੇ ਇਸ ਲਈ ਘਰ ਦੇ ਵਿੱਚ ਕੱਪੜੇ ਦਾ ਵੱਡਾ ਭੰਡਾਰ ਮੌਜੂਦ ਸੀ